ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਲਾਵਾਂ ਦੇ ਪਾਠ ਹੋਣਗੇ ਜੋ ਕਿ ਪਰਮਵੀਰ ਸਿੰਘ ਅਤੇ ਬੀਬੀ ਕਰਮਦੀਪ ਕੌਰ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਬੈਠ ਕੇ ਬਾਣੀ ਆਪ ਜੀ ਨੇ ਸ਼੍ਰਵਣ ਕਰਨੀ ਹੈ। ਜਦੋਂ ਪਹਿਲੀ ਲਾਵ ਸੰਪੂਰਨ ਹੋਵੇਗੀ ਜਨ ਕਹਿ ਨਾਨਕ ਲਾਵ ਪਹਿਲੀ ਇਹ ਤੁਕ ਆਵੇਗੀ ਤਾਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਸੱਜੇ ਹੱਥ ਤੋਂ ਪਰਿਕਰਮਾ ਕਰਨੀਆਂ ਨੇ, ਕਾਹਲੀ ਨਹੀਂ ਕਰਨੀ, ਆਰਾਮ ਨਾਲ ਪਰਿਕਰਮਾ ਕਰਕੇ ਆ ਕੇ ਮੱਥਾ ਟੇਕ ਕੇ ਫਿਰ ਆਪਣੀ ਜਗ੍ਹਾ ਬੈਠ ਜਾਣਾ ਹੈ। ਇਸੇ ਤਰ੍ਹਾਂ ਅਗਲੀ ਪਾਠ ਦਾ ਲਾਮ ਦਾ ਪਾਠ ਹੋਵੇਗਾ, ਉਹ ਵੀ ਸ਼੍ਰਵਣ ਕਰਕੇ ਫਿਰ ਪਰਿਕਰਮਾ ਕਰਨੀਆਂ ਨੇ, ਮੱਥਾ ਟੇਕ ਕੇ ਉੱਠਣਾ ਹੈ, ਮੱਥਾ ਟੇਕ ਕੇ ਹੀ ਬੈਠਣਾ ਹੈ। ਨਾਲ ਦੀ ਨਾਲ ਰਾਗੀ ਸਾਹਿਬਾਨ ਲਾਵਾਂ ਦਾ ਕੀਰਤਨ ਕਰਨਗੇ। ਸੋ ਪ੍ਰੇਮ ਸਹਿਤ ਸਤਿਗੁਰੂ ਜੀ ਦੀ ਬਾਣੀ ਸ਼੍ਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ, ਸੋਹੇ ਮਹੱਲਾ ਚੌਥਾ, ਹਰ ਪਹਿਲੜੀ ਲਾਂ ਪਰਵਿਰਤੇ ਕਰਮ ਦਰੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਂ ਪਰਵਿਰਤੇ ਕਰਮ ਦਰੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜ ਹੋ ਹਰ ਨਾਮ ਧਿਆਵੋ, ਸਿਮਰਿਤ ਨਾਮ ਦਰੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਹਰ ਪਹਿਲੜੀ ਦਾ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਪ੍ਰਹਿਮਾ ਵੇਦ ਪਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਕਰਮ ਦ੍ਰਿੜੋ ਹਰ ਨਾਮ ਤੇਰਾ, ਸਿਮਰਤ ਨਾਮ ਦ੍ਰਿੜਾਇਆ। ਕਰਮ ਦ੍ਰਿੜੋ ਹਰ ਨਾਮ ਤੇਰਾ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪਹਿਲੀ ਆਰੰਭ ਕਾਜ ਰਚਾਇਆ।
उजड़ी ला सतगुर पुरख मिलाया बलराम जियो निरभौ भय मन होए होमै मैल गवाया बलराम जियो निर्मल भौ पाया हर गुण गाया हर वेखै राम हदूरे हर आत्म राम पसारिया स्वामी सर्ब रहिया भर पूरे अंतर बाहर हर प्रभ एको मिल हर जन मंगल गाए जन नानक दूजे लाम चलाई अनहद शब्द बजाए हर दूजड़ी दा सतगुर पुर ਜਿਹੜੀ ਲਾ ਮਨ ਚਾਓ ਭਇਆ ਬੈਰਾਗੀਆਂ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ 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 ਤੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੇ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨਾ ਹਰ ਮੇਰਾ
ਸਤਿਗੁਰ ਰਹਿਆ ਪਰ ਤੂੰ ਮੇਰੇ ਮੰਤਰਾਂ ਗੁਰਚਰਨ ਲਾਗੇ ਵਾਜੇ ਅਧਿਆਤ
आई